इंडिया गठजोड़ अधीन आम आदमी पार्टी ते कांग्रेस मिल के पंजाब विच लोक सभा चोणां लड़न लई इस नूं लै के कांग्रेस हुण दो हिस्सों विच वंडदी नज़र आ रही है। नवजोत सिंह सिद्धू तो बाद हुण लुधियाणा तो MP रवनीत बिट्टू दा वी गठजोड़ ते वड्डा बयान सामने आया। उन्हां दावा कीता कि पंजाब विच आप ते कांग्रेस दा गठजोड़ हो चुका है ते आउण वाले समय विच रैलियां वी शुरू हो जाणगियां, इस लई दोवां पार्टियां दे आगूआं नूं इक दूजे खिलाफ बोलण तों गुरेज़ करना चाहीदा। बिट्टू ने इशारिआं इशारिआं विच कहा कि आप नाल गठजोड़ नूं लै के सूबा प्रधान राजा पड़िंग अते आगू विरोधी धिर प्रताप बाजवा वल्लों कीते जा रहे विरोध ते उन्हां नूं नसीहत वी दित्ती है। पार्टी दी तां बहुत वड्डी लकीर आ ना, जे मैं अज MP ਬਣਿਆ ਤਾਂ ਮੈਂ ਹੱਥ ਪੰਜੇ 'ਤੇ ਕਾਂਗਰਸ ਦੇ ਸਿੰਬਲ 'ਤੇ ਬਣਿਆ ਹੋਇਆ। ਜੇ ਕੋਈ ਅੱਜ ਪ੍ਰਧਾਨ ਆ ਉਹ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਆ, ਜੇ ਕੋਈ CLP ਲੀਡਰ ਆ ਤਾਂ ਉਹ ਕਾਂਗਰਸ ਪਾਰਟੀ ਦਾ ਏ, ਜੇ ਕੋਈ ਸਰਕਾਰ ਬਣੀ ਪਿੱਛੇ ਉਹ ਕਾਂਗਰਸ ਪਾਰਟੀ ਦੀ ਬਣੀ। ਇਸ ਕਰਕੇ ਹਰ ਨੂੰ ਠੀਕ ਆ ਇਹ ਕਹਿਣਾ ਵੀ ਇੰਨਾ ਡੈਮੋਕ੍ਰੇਸੀ ਆ ਸਾਡੇ ਲੋਕਤੰਤਰ ਆ ਪਾਰਟੀ 'ਚ, ਉਹ ਗੱਲ ਠੀਕ ਆ, ਪਰ ਮੈਨੂੰ ਇਹ ਕਿਸੇ ਬਾਰੇ, ਮੈਂ ਕਿਸੇ ਦੀ ਇਹ ਗੱਲ ਨਹੀਂ ਕਰਨਾ ਚਾਹੁੰਦਾ ਵੀ ਕੀ ਬੋਲ ਰਿਹਾ ਕੋਈ ਕੀ ਨਹੀਂ ਬੋਲ ਰਿਹਾ, ਪਰ ਸੱਚਾਈ ਤਾਂ ਇਹ ਆ ਬਈ ਜਾਂ ਤਾਂ ਅਸੀਂ ਜਿਹੜਾ ਬੰਦਾ ਉਹਨੂੰ ਗੱਲ ਨੂੰ ਨਹੀਂ ਮੰਨਣਾ ਚਾਹੁੰਦਾ, ਜੇ ਉਸ ਗੱਲ ਕਿਸੇ ਨੂੰ ਨਹੀਂ ਪਸੰਦ ਤਾਂ ਉਹ ਆਪਣੀ ਪਾਰਟੀ ਨੂੰ ਆ ਕੇ ਕਹਿ ਸਕਦਾ ਲਈ ਵੀ ਆਹ ਲਓ ਮੇਰਾ ਅਸਤੀਫਾ, ਮੈਨੂੰ ਇਹ ਗੱਲ ਮਨਜ਼ੂਰ ਨਹੀਂ ਗੀ, ਮੈਂ ਇਸ ਸਮਝੌਤੇ 'ਚ ਇਹ ਨਹੀਂ ਜਾਣਾ ਅਤੇ ਆਪਣੀ ਅਲੱਗ ਗੱਲ ਕਰੇ। ਮੈਨੂੰ ਜਿੱਦਣ ਲੱਗੂਗਾ, ਮੈਂ ਆਪਣੀ ਗੱਲ ਤੁਹਾਨੂੰ ਸਪਸ਼ਟ ਕਰਦਾ, ਜਿੱਦਣ ਮੈਨੂੰ ਲੱਗੂਗਾ ਵੀ ਇਹ ਭਾਈ ਜਿਹੜਾ ਅਲਾਇੰਸ ਹੋ ਰਿਹਾ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਇਹ ਗਲਤ ਹੋ ਰਿਹਾ, ਮੈਨੂੰ ਬਾਹਰ ਕਹਿਣ ਦੀ ਲੋੜ ਕੀ ਆ, ਮੈਂ ਆਪਣੇ ਲੀਡਰਸ਼ਿਪ ਨੂੰ ਕਹੂੰਗਾ ਭਾਈ ਵੀ ਆਹ ਲਓ ਬਹੁਤ ਹੋ ਗਿਆ, ਮੈਂ ਆਹ ਚੀਜ਼ਾਂ ਦੇ ਉਲਟਾਂ ਅਤੇ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ। ਜੇ ਇਸ ਪਾਰਟੀ 'ਚ ਮੈਂ MP ਵੀ ਰਹਿਣਾ, ਇਸ ਪਾਰਟੀ 'ਚ ਮੈਂ MLA ਵੀ ਰਹਿਣਾ, ਇਸ ਪਾਰਟੀ 'ਚ ਮੈਂ ਬੜੇ ਤੋਂ ਬੜੇ ਅਹੁਦੇ ਵੀ ਲੈਣੇ ਆ, ਅਤੇ ਫਿਰ ਕਹਿਣਾ ਮੈਂ ਪਾਰਟੀ ਦੀ ਗੱਲ ਤਾਂ ਮੰਨਦਾ ਨਹੀਂ, ਉਹ ਕਿਵੇਂ ਹੋ ਸਕਦਾ? ਮੈਨੂੰ ਇਹ ਦੱਸੋ ਨਾ ਕਿਵੇਂ। ਹੁਣ ਤੁਸੀਂ ਕਿਸੇ ਦਾਇਰੇ 'ਚ, ਮੈਂ ਪਹਿਲਾਂ ਅਸੀਂ ਉੱਤੋਂ ਹਾਈ ਕਮਾਂਡ ਆ ਜਿਹੜੀ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ, ਖੜਗੇ ਸਾਹਿਬ ਉਹ ਤਾਂ ਨਾਲ ਬੈਠੇ ਆ, ਅਤੇ ਮੈਂ ਥੱਲੇ ਜਾ ਕੇ ਕਹੀ ਜਾਵਾਂ ਆਪਣੇ ਵਰਕਰਾਂ ਨੂੰ ਵੀ ਨਹੀਂ ਜੀ, ਜਾਂ ਉਹ ਗੱਲ ਕਰੋ ਜਾਂ ਇਹ ਗੱਲ ਕਰੋ, ਵਿੱਚ ਵਿਚਾਲੇ ਸਿਰਫ ਮੀਡੀਆ ਲਈ ਜਾਂ ਚਾਰ ਕਮੈਂਟਾਂ ਲਈ ਜੇ ਕੁਛ ਗੱਲ ਕਰਨੀ ਹੈ ਵੱਖਰੀ, ਉਹ ਅਲੱਗ ਗੱਲ ਆ, ਜਾਂ ਫਿਰ ਭਾਈ ਇੰਨੀ ਤਾਕਤ ਰੱਖਣੀ ਚਾਹੀਦੀ ਹੈ, ਜੇ ਲੀਡਰਸ਼ਿਪ ਤੁਹਾਨੂੰ ਮਿਲੀ ਹੈ ਇੰਨੀ ਜਾਨ ਰੱਖਣੀ ਚਾਹੀਦੀ ਹੈ, ਬਿਲਕੁਲ ਆ ਕੇ ਪਾਰਟੀ ਨੂੰ ਇੱਥੇ ਕਹਿਣ ਨੂੰ ਵੀ ਆਹ ਲਓ ਜੀ ਅਸੀਂ ਆਪਣੇ ਆਪਣਾ ਕਿਸੇ ਅਹੁਦੇ 'ਤੇ ਰਹੀਏ, ਕਿਉਂਕਿ ਜਿਹੜੀ ਸਾਡੀ ਸੋਚ ਤਾਂ ਆ ਹੈ, ਤੁਸੀਂ ਸਾਡੀ ਸੋਚ ਜੇ ਤੁਸੀਂ ਕਹਿੰਦੇ ਹੋ ਵੀ ਨਹੀਂ ਮੰਨਣੀ ਤਾਂ ਫਿਰ ਅਸੀਂ ਇਹ ਕੰਮ ਸਾਡੇ ਲਈ ਔਖਾ ਹੈ, ਅਸੀਂ ਇਸ ਅਹੁਦਿਆਂ 'ਤੇ ਨਹੀਂ ਰਹਿ ਸਕਦੇ, ਕਿਉਂਕਿ ਜਿਹੜੀ ਲੋਕਾਂ ਦੀ ਰਾਏ ਆ ਉਹ ਆ ਏ, ਕਈ ਵੀ ਜਾਣਾ ਅਤੇ ਸਾਰੀਆਂ ਚੀਜ਼ਾਂ ਆਨੰਦ ਵੀ ਮਾਣਨੇ ਆ ਉਹ ਅਹੁਦਿਆਂ ਦੇ, ਫਿਰ ਇਹ ਗੱਲ ਚੰਗੀ ਨਹੀਂ ਲੱਗਦੀ। ਇਹ ਗੱਲਾਂ ਹੈ ਜਿਹੜੀਆਂ ਇਹ ਕਈ ਵਾਰ ਛਿੜ ਜਾਂਦੀਆਂ ਏ ਪੋਲੀਟੀਕਲ ਬੰਦੇ ਨੂੰ, ਸਾਨੂੰ ਕੀ ਮਤਲਬ ਕਿਸੇ ਕਾਸਟ ਦਾ, ਕਿਸੇ ਜਾਤ ਬਰਾਦਰੀ ਦਾ, ਸਾਡੇ ਲਈ ਤਾਂ ਸਭ ਇੱਕ ਆ। ਇਹ ਜਿਹੜੀਆਂ ਗੱਲਾਂ ਨੇ ਇਹ ਮੁੱਢ ਤੋਂ ਮੈਂ ਸਮਝਦਾ ਇਹਨੂੰ ਨਕਾਰਨਾ ਚਾਹੀਦਾ, ਐਸੀਆਂ ਗੱਲਾਂ 'ਚ ਪੈਣਾ ਨਹੀਂ ਚਾਹੀਦਾ। ਅਤੇ ਇਸ ਮੈਂ ਤਾਂ ਸਿਰਫ ਇੰਨਾ ਹੀ ਕਹੂੰਗਾ ਵੀ ਸਭ ਧਰਮ, ਸਾਰੇ ਜਿੰਨੇ ਵੀ ਗ੍ਰੰਥ ਨੇ, ਜਿੰਨੇ ਵੀ ਅੱਜ ਤੱਕ ਸਾਡੇ ਗੁਰੂ, ਸਾਡੇ ਪੀਰ ਪੈਗੰਬਰ ਜਿੰਨੇ ਹੋਏ ਨੇ, ਉਹਨਾਂ ਨੇ ਜੋੜਨ ਦੀ ਗੱਲ ਕੀਤੀ ਹੈ, ਕਿਸੇ ਨੇ ਤੋੜਨ ਦੀ ਗੱਲ ਕੀਤੀ ਨਹੀਂ। ਅਤੇ ਸਨਾਤਨ ਵੀ ਇਹੀ ਗੱਲ ਕਰਦਾ।